ਹੈਲੋ एवरीवन, ਵੈਲਕਮ ਟੂ ਦ ਟੈਟ ਬਜ਼ਰ ਅਕੈਡਮੀ ਬਠਿੰਡਾ ਬੋਹਰ ਪੰਜਾਬ। ਤਾਂ ਅੱਜ ਮੈਂ ਤੁਹਾਡੇ ਲਈ ਇੱਕ ਸੀਰੀਜ਼ ਸਟਾਰਟ ਕਰਨ ਜਾ ਰਹੀ ਹਾਂ, ਜਿਸ ਵਿੱਚ ਆਪਾਂ ਛੋਟੇ ਛੋਟੇ ਟੌਪਿਕਸ ਨੂੰ ਜਾਂ ਛੋਟੇ ਛੋਟੇ ਕਨਸੈਪਟ ਨੂੰ 5 ਤੋਂ 6 ਮਿੰਟ ਦੀ ਵੀਡੀਓ ਜਾਂ 3 ਤੋਂ 4 ਮਿੰਟਸ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ, ਜਿੱਥੋਂ ਜਿਹੜਾ ਕੁਸ਼ਚਨ ਕਿੱਦਾਂ ਦਾ ਬਣਦਾ ਉਹ ਵੀ ਮੈਂ ਤੁਹਾਡੇ ਨਾਲ ਡਿਸਕਸ ਕਰਿਆ ਕਰਾਂਗੀ। ਤਾਂ ਅੱਜ ਆਪਾਂ ਕਰਨ ਜਾ ਰਹੇ ਹਾਂ ਪਿਰਾਮਿਡ ਆਫ ਐਨਰਜੀ ਦਾ ਜਿਹੜਾ ਕਨਸੈਪਟ ਦਿੱਤਾ ਸੀ ਉਹ ਲਿੰਡਮੈਨ ਨੇ ਦਿੱਤਾ ਸੀ, ਠੀਕ ਹੈ ਜੀ। ਇਹਨਾਂ ਨੂੰ ਆਪਾਂ ਬੇਸਿਕਲੀ ਲਿੰਡਮੈਨ ਦੇ ਨਾਮ ਤੇ ਜਾਣਦੇ ਹਾਂ, ਔਰ ਇਹਨਾਂ ਦਾ ਫੁੱਲ ਨੇਮ ਕਾਫੀ ਵੱਡਾ ਹੈ, ਅਸੀਂ ਇਸ ਕਰਕੇ ਇਹਨੂੰ ਲਿੰਡਮੈਨਸ ਲੋ ਕਿਹਾ ਜਾਂਦਾ ਹੈ। ਔਰ 1942 ਦੇ ਵਿੱਚ ਇਹਨਾਂ ਨੇ ਕੀ ਹੈ ਜੀ ਕਨਸੈਪਟ ਦਿੱਤਾ ਸੀ। ਇਸ ਤੋਂ ਪਹਿਲਾਂ 1927 ਤੇ 1938 ਦੇ ਵਿੱਚ ਦੂਸਰੇ ਦੋ ਰਿਸਰਚਰਸ ਆਏ ਸੀ ਜਿਨ੍ਹਾਂ ਨੇ ਇਸ ਬਾਰੇ ਕਨਸੈਪਟ ਦੇਣਾ ਸਟਾਰਟ ਕੀਤਾ ਸੀ, ਬਟ ਉਹ ਹਰ ਵਾਰ ਫੇਲ ਹੋ ਰਹੇ ਸੀ, ਇਸ ਕਰਕੇ ਲਿੰਡਮੈਨ ਨੇ ਕੀ ਹੈ ਜੀ ਇਹ ਲੋ ਦਿੱਤਾ ਸੀ 1942 ਦੇ ਅੰਦਰ। ਹੁਣ ਇਹਦੇ ਅੰਦਰ ਕਨਸੈਪਟ ਕੀ ਹੈ ਜੀ, ਇਹਦੇ ਅੰਦਰ ਹੈ ਡਿਫਰੈਂਟ ਟਾਈਪ ਆਫ ਟ੍ਰੋਪਿਕ ਲੈਵਲ। ਟ੍ਰੋਪਿਕ ਲੈਵਲ ਮਤਲਬ ਕੀ ਹੈ ਜੀ ਪੋਸ਼ਣ ਪੱਧਰ, ਇਹ ਪਹਿਲਾ ਟ੍ਰੋਪਿਕ ਲੈਵਲ, ਇਹ ਫਸਟ ਹੋ ਗਿਆ, ਇਹ ਸੈਕਿੰਡ ਹੋ ਗਿਆ, ਇਹ ਥਰਡ ਹੋ ਗਿਆ, ਔਰ ਇਹ ਹੋ ਗਿਆ ਜੀ ਫੋਰਥ। ਆ ਚੀਜ਼ਾਂ ਹੁੰਦੀਆਂ, ਠੀਕ ਹੈ ਜੀ। ਫਸਟ ਟ੍ਰੋਪਿਕ ਲੈਵਲ ਮਤਲਬ ਪ੍ਰਾਇਮਰੀ ਆਪਾਂ ਕਹਿ ਦਿੰਦੇ ਹਾਂ ਬਿਲਕੁਲ, ਜਿਹੜੇ ਕੀ ਹਨ ਪ੍ਰੋਡਿਊਸਰਸ ਹੈ ਆਪਣੇ ਪਲਾਂਟਸ ਨੂੰ ਜਿਨ੍ਹਾਂ ਨਾਲ ਆਪਾਂ ਜਰਨੇਟ ਕਰਦੇ ਹਾਂ। ਫਿਰ ਆਉਂਦੇ ਹੈ ਜੀ ਪੀਸੀ ਤੋਂ ਪ੍ਰਾਇਮਰੀ ਕੰਜ਼ਿਊਮਰ, ਠੀਕ ਹੈ ਜੀ। ਮੁੱਢਲੇ ਜਿਹੜੇ ਕੀ ਹੈ ਜੀ ਮੁੱਢਲੇ ਖਪਤਕਾਰ ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ, ਔਰ ਜਿਹੜੇ ਕੀ ਹੈ ਪ੍ਰਾਇਮਰੀ ਕੰਜ਼ਿਊਮਰ ਦੇ ਅੰਦਰ ਆ ਜਾਏਗਾ ਜੀ ਡੀਅਰ ਹੋ ਗਿਆ। ਉਸ ਤੋਂ ਬਾਅਦ ਸੈਕੰਡਰੀ ਕੰਜ਼ਿਊਮਰ ਜਿਹਨੂੰ ਆਪਾਂ ਗੋਨ ਖਪਤਕਾਰ ਵੀ ਕਹਿ ਦਿੰਦੇ ਹਾਂ, ਇਹਦੇ ਅੰਦਰ ਤੁਹਾਡੇ ਕੋਲ ਲੋਮੜੀ ਆ ਗਿਆ, ਫੋਕਸ ਆ ਗਿਆ। ਔਰ ਟਰਸ਼ਰੀ ਕੰਜ਼ਿਊਮਰ ਉਹ ਹੋ ਜਾਂਦੇ ਹੈ ਬੇਸਿਕਲੀ, ਅਗਰ ਆਪਾਂ ਇੱਥੇ ਅੱਜ ਗੱਲ ਕਰੀਏ ਈਗਲ ਹੋ ਗਿਆ, ਲਾਇਨ ਹੋ ਗਿਆ। ਤਾਂ ਤੁਸੀਂ ਇੱਕ ਚੀਜ਼ ਦੇਖ ਰਹੇ ਹੋਗੇ ਕਿ ਇੱਕ ਫੂਡ ਚੇਨ ਬਣਦੀ ਹੈ, ਦੇਖੋ ਧਿਆਨ ਨਾਲ। ਪਹਿਲਾਂ ਕੀ ਹੈ ਜੀ ਪਲਾਂਟ ਹੈ, ਫਿਰ ਕੀ ਹੈ ਜੀ ਆਪਣਾ ਡੀਅਰ, ਫਿਰ ਕੀ ਹੈ ਜੀ ਆਪਣੇ ਕੋਲ ਫੋਕਸ, ਔਰ ਫਿਰ ਇੱਥੇ ਕੀ ਹੈ ਜੀ ਲਾਇਨ। ਤਾਂ ਤੁਸੀਂ ਇੱਕ ਚੀਜ਼ ਨੋਟ ਕਰ ਸਕੋਗੇ ਕਿ ਜਿਹੜਾ ਲਾਇਨ ਹੈ ਉਹ ਫੋਕਸ ਨੂੰ ਖਾਂਦਾ, ਫੋਕਸ ਕਿਹਨੂੰ ਖਾ ਰਿਹਾ, ਡੀਅਰ ਨੂੰ ਖਾ ਰਿਹਾ, ਡੀਅਰ ਕਿਹਨੂੰ ਖਾ ਰਿਹਾ, ਪਲਾਂਟਸ ਨੂੰ ਖਾ ਰਿਹਾ। ਕਨਸੈਪਟ ਦੇਖੋ ਕਿ ਐਨਰਜੀ ਕੀ ਹੋ ਰਹੀ ਹੈ ਟ੍ਰਾਂਸਫਰ ਹੋ ਰਹੀ ਹੈ। ਬਟ ਹੁਣ ਇੱਥੇ ਕੀ ਹੈ ਜੀ ਲਿੰਡਮੈਨ ਨੂੰ ਇੱਕ ਹੋਰ ਲੋ ਦੇ ਨਾਲ ਵੀ ਇਸੇ ਲੋ ਦੇ ਨਾਲ ਜਾਣਿਆ ਜਾਂਦਾ ਹੈ, ਉਸ ਲੋ ਨੂੰ ਕੀ ਕਿਹਾ ਜਾਂਦਾ ਹੈ 10% ਲੋ। ਉਹ 10% ਲੋ ਕੀ ਹੈ ਜੀ, 10% ਲੋ ਕੀ ਹੈ ਜੀ ਬੇਸਿਕਲੀ, ਅਗਰ ਆਪਾਂ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਜਿਹੜੀ ਐਨਰਜੀ ਹੈ ਉਹ ਆਪਣੇ ਕੋਲ, ਲੈਟ ਐਗਜ਼ਾਮਪਲ 1000 ਜੌਲ ਹੈ, ਪਲਾਂਟਸ ਕੋਲ ਜਿਹੜੀ ਐਨਰਜੀ ਹੈ ਉਹ ਕੀ ਹੈ ਜੀ 1000 ਜੌਲ ਹੈ। ਉਸ ਤੋਂ ਬਾਅਦ ਡੀਅਰ ਕੋਲ ਜਿਹੜੀ ਐਨਰਜੀ ਗਈ ਪਲਾਂਟਸ ਤੋਂ ਉਹ ਕਿੰਨੀ ਗਈ, 100 ਜੌਲ ਗਈ, 10% ਕੀ ਹੋ ਗਿਆ ਜੀ ਮਾਈਨਸ ਹੋ ਗਿਆ। ਫਿਰ ਕੀ ਹੈ ਜੀ ਜਿਹੜੀ ਐਨਰਜੀ ਫੋਕਸ ਕੋਲ ਗਈ ਉਹ ਕਿੰਨੀ ਹੈ ਜੀ, 10 ਜੌਲ ਰਹਿ ਗਈ, ਮਤਲਬ ਕੀ ਹੈ ਜੀ 10% ਹੋਰ ਘੱਟ ਗਈ। ਫਿਰ ਅਗਲੀ ਐਨਰਜੀ ਗਈ ਜੀ ਲੋਇਨ ਕੋਲ, ਫਿਰ ਕੀ ਹੈ ਜੀ ਫਿਰ 10% ਘੱਟ ਗਈ, ਤਾਂ ਉਹਦੇ ਵਿੱਚ ਕੀ ਹੈ ਜੀ ਲੋਇਨ ਕੋਲ ਕਿੰਨੀ ਐਨਰਜੀ ਆ ਗਈ, 1 ਜੌਲ। ਤਾਂ ਤੁਸੀਂ ਇੱਕ ਚੀਜ਼ ਨੋਟ ਕਰੀ ਹੋਏਗੀ ਕਿ ਅੱਗੇ 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 ਟ੍ਰਾਂਸਫਰ ਹੋ ਰਹੀ ਐਨਰਜੀ, ਹਰ ਵਾਰ ਐਨਰਜੀ ਕੀ ਹੈ 10% ਘੱਟ ਰਹੀ ਹੈ, ਇਸ ਕਰਕੇ ਇਸ ਨੂੰ ਕੀ ਕਿਹਾ ਜਾਂਦਾ ਹੈ 10% ਲੋ ਵੀ ਕਿਹਾ ਜਾਂਦਾ, ਇਹਨੂੰ ਵੀ ਕੀ ਕਿਹਾ ਜਾਂਦਾ ਹੈ 10% ਲੋ ਵੀ ਕਿਹਾ ਜਾਂਦਾ ਹੈ। ਤਾਂ ਕਰਕੇ ਕੀ ਹੈ ਜੀ ਇਹ ਪਿਰਾਮਿਡ ਆਫ ਐਨਰਜੀ ਦਾ ਲੈਵਲ ਬਣਦਾ ਹੈ, ਔਰ ਇਹ ਹਮੇਸ਼ਾ ਹਾਈ ਟੂ ਲੋ ਐਨਰਜੀ ਵੱਲ ਜਾਂਦਾ ਹੈ। ਔਰ ਇਹਨੂੰ ਇੱਕ ਆਪ ਕੁਸ਼ਚਨ ਇੱਥੇ ਬਣਦਾ ਹੈ ਕਿ ਇਹਦੀ ਜਿਹੜੀ ਸਿਚੁਏਸ਼ਨ ਹੈ ਉਹ ਕਿੱਦਾਂ, ਉਹ ਹਮੇਸ਼ਾ ਕੀ ਹੈ ਆਲਵੇਜ ਅਪਰਾਈਟ ਹੈ, ਅਪਰਾਈਟ ਹੈ, ਉਲਟਾ ਚੱਲੇਗਾ, ਇਰੈਕਟ ਚੱਲੇਗਾ ਬੇਸਿਕਲੀ, ਕਿ ਐਨਰਜੀ ਕੀ ਹੈ ਜੀ ਉੱਪਰ ਜਾਂਦੇ ਜਾਂਦੇ ਕੀ ਹੈ ਜੀ ਹਾਈ ਟੂ ਲੋ ਹੋ ਰਹੀ ਹੈ। ਇਸ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਹਾਂ ਆਲਵੇਜ ਅਪਰਾਈਟ ਇਰੈਕਟ। ਔਰ ਅਗਰ ਮੈਂ ਤੁਹਾਨੂੰ ਇਸ ਚੀਜ਼ ਬਾਰੇ ਦੱਸਾਂ ਕਿ ਜਿਹੜੀ ਦੇਖੋ ਐਨਰਜੀ ਹਮੇਸ਼ਾ ਯਾਦ ਰੱਖਣਾ, ਇਸ ਕਰਕੇ ਇਹਨੂੰ ਕੀ ਹੈ ਜੀ 10% ਲੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਕਿ ਲੋਇਨ ਕੋਲ ਜਿਹੜੀ ਜਿਹੜੀ ਪਲਾਂਟਸ ਕੋਲ ਜਿਹੜੀ ਐਨਰਜੀ ਸੀ ਉਹ 1000 ਗ੍ਰਾਮ 1000 ਜਾਊਲ ਸੀ ਬੇਸਿਕਲੀ। ਉਸ ਤੋਂ ਬਾਅਦ ਕਿਹੜੇ ਆ ਗਏ ਜੀ, ਡੀਅਰ ਆ ਗਿਆ, ਡੀਅਰ ਕੋਲ ਜਿਹੜੀ ਐਨਰਜੀ ਰਹਿ ਗਈ ਜੀ ਉਹ 100 ਜਾਊਲ ਰਹਿ ਗਈ। ਉਸ ਤੋਂ ਬਾਅਦ ਕੀ ਆਇਆ, ਫੋਕਸ ਆਇਆ, ਫੋਕਸ ਕੋਲ ਐਨਰਜੀ ਕਿੰਨੀ ਆ ਗਈ, 10 ਜਾਊਲ ਆ ਗਈ। ਲੋਇਨ ਕੋਲ ਆ ਗਿਆ ਜੀ, ਲੋਇਨ ਕੋਲ ਜਿਹੜੀ ਐਨਰਜੀ ਹੈ ਉਹ ਕਿੰਨੀ ਆ ਗਈ ਜੀ, 1 ਜਾਊਲ ਆ। ਅਗਰ ਕੋਈ ਹੋਰ ਅੱਗੇ ਟ੍ਰਾਂਸਫਰ ਹੁੰਦਾ ਫਿਰ 10% ਘਟਦਾ ਜਾਂਦਾ ਹੈ, ਤਾਂ ਇਹਨੂੰ ਕੀ ਹੈ ਜੀ, ਹਰ ਵਾਰੀ ਐਨਰਜੀ -10%, ਹਰ ਵਾਰੀ ਐਨਰਜੀ -10%, ਹਰ ਵਾਰੀ ਐਨਰਜੀ -10%, ਤਾਂ ਇਹਨੂੰ ਕਰਕੇ 10% ਲੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਤਾਂ ਇਹ ਹੈਗਾ ਹੈ ਜੀ ਬੇਸਿਕਲੀ ਪਿਰਾਮਿਡ ਆਫ ਐਨਰਜੀ ਦਾ ਕਨਸੈਪਟ। ਪੇਪਰ ਵਿੱਚ ਇਹ ਪੁੱਛ ਲੈਂਦੇ ਆ ਕਿ ਕਨਸੈਪਟ ਨੂੰ ਕੀ ਹੈ ਜੀ, ਕਿਹਨੇ ਦਿੱਤਾ, ਲਿਨਮੈਨ ਨੇ ਦਿੱਤਾ, ਔਰ ਕਦੋਂ ਦਿੱਤਾ, 1942 ਦੇ ਵਿੱਚ ਦਿੱਤਾ, ਔਰ ਇਹਦਾ ਨਾਮ ਕੀ, ਇੱਕ ਹੋਰ 10% ਲੋਅਰ, ਕਿ ਹਰ ਵਾਰੀ ਐਨਰਜੀ, ਇਹ ਪਹਿਲਾ ਪੋਸ਼ਕ ਪੱਧਰ ਹੈ, ਦੂਸਰਾ ਪੋਸ਼ਕ ਪੱਧਰ, ਤੀਸਰਾ ਪੋਸ਼ਕ ਪੱਧਰ, ਚੌਥਾ ਪੋਸ਼ਕ ਪੱਧਰ, ਜਿਵੇਂ ਜਿਵੇਂ ਉੱਪਰ ਜਾਂਦੇ ਆ ਐਨਰਜੀ ਘਟਦੀ ਹੈ ਕਿ ਵੱਧਦੀ ਹੈ, ਬਿਲਕੁਲ ਘਟਦੀ ਹੈ। ਜੇਕਰ ਪਹਿਲੇ ਪਲਾਂਟਸ ਕੋਲ 1000 ਹੈ, ਫਿਰ 100 ਰਹਿ ਗਿਆ, ਫਿਰ 10 ਰਹਿ ਗਿਆ, ਫਿਰ 1 ਰਹਿ ਗਿਆ, ਤਾਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਰਾ ਕਨਸੈਪਟ ਸਮਝ ਆ ਗਿਆ ਹੋਏਗਾ। ਔਰ ਇੱਕ ਮੇਰੀ ਛੋਟੀ ਜਿਹੀ ਕੋਸ਼ਿਸ਼ ਹੈ ਜੋ ਤੁਹਾਡੇ ਛੋਟੇ ਛੋਟੇ ਕਨਸੈਪਟ ਨੂੰ ਤੁਹਾਡੇ ਮਾਈਂਡ ਵਿੱਚ ਫਿਕਸ ਕਰਦੀ ਹੈ, ਉਹ ਸਾਰੀਆਂ ਇੱਥੇ ਕਵਰ ਕਰਾਂਗੀ। ਮੈਂ ਕੁਐਸਚਨ ਵੀ ਦੱਸਦਾ ਕਿ ਕਿਹੜੇ ਕਿਹੜੇ ਕੁਐਸਚਨ ਬੰਦੇ ਆ। ਇੱਕ ਤਾਂ ਬੰਦਾ ਲਿਨਮੈਨ ਲੋ, ਇੱਕ ਕਹਿੰਦੇ ਆ 10% ਲੋ, ਪਲੱਸ ਹਰ ਵਾਰੀ ਐਨਰਜੀ ਕੀ ਹੈ ਜੀ, ਉੱਪਰ ਜਾਂਦੇ ਜਾਂਦੇ ਅਪਰਾਈਟ ਤੇ ਇਰੈਕਟ ਹੁੰਦੀ ਹੈ, ਹਾਈ ਟੂ ਲੋ ਐਨਰਜੀ ਜਾਂਦੀ ਹੈ, ਔਰ ਹਰ ਵਾਰ ਐਨਰਜੀ 10% ਘਟਦੀ ਜਾਂਦੀ ਹੈ। ਤਾਂ ਇਹ ਚੀਜ਼ਾਂ ਕਵਰ ਰਹਿੰਦੀਆਂ ਨੇ, ਫਸਟ ਟ੍ਰੋਫਿਕ ਲੈਵਲ, ਸੈਕਿੰਡ ਟ੍ਰੋਫਿਕ ਲੈਵਲ, ਥਰਡ ਟ੍ਰੋਫਿਕ ਲੈਵਲ, ਫੋਰਥ ਟ੍ਰੋਫਿਕ ਲੈਵਲ। ਇਹ ਸਾਰਾ ਇੱਕ ਕਨਸੈਪਟ ਹੈ ਜੋ ਇੱਕ ਇੱਕ ਕੀ ਹੈ ਜੀ, ਇੱਕ ਇੱਕ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਔਰ ਉਮੀਦ ਕਰਦੀ ਹਾਂ ਇਸ ਸੈਸ਼ਨ ਨੂੰ ਤੁਸੀਂ ਸਭ ਨੇ ਪਸੰਦ ਕੀਤਾ ਹੋਏਗਾ। ਸਾਰੇ ਜਾਣੇ ਇਸ ਲੈਕਚਰ ਨੂੰ ਜ਼ਰੂਰ ਦੱਸ ਕੇ ਜਾਣਾ ਕਮੈਂਟ ਸੈਕਸ਼ਨ 'ਚ ਕਿ ਕਿੱਦਾਂ ਦਾ ਲੱਗਿਆ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਬਾਏ, ਟੇਕ ਕੇਅਰ।